कद्दू ऐसे कटने लगे थे। हां सेटी है मम्मी, तू नहीं कटना। आज मेरे भीन है त्यार है, दिखाओ कद्दू की पता नहीं हुंदा। ए साडा हैगा जी पुश्तैनी कद्दू, कितने सालों दा पिया है उरे। जे साडे घर च कद्दू हो किदा ना तो कद्दू हरेक चीज जांदा, दाल च कद्दू, सब्जी च कद्दू, रोटियां च कद्दू, दही च कद्दू, कद्दू ही कद्दू कीता पिया हुंदा। हाँ जी, तुहानू सारयां नू साडे वल्लों प्यार भरी सति श्री अकाल, मतलब मेरे वल्लों प्यार भरी सति श्री अकाल। छोटियां नू प्यार ते वड्डियां दी पैरी पैंदे आ जी। काम तो अपनी छुट्टियां चल दियां तां कई इदां दियां जॉब सीगियां जिहड़ियां के अड़ियां होईयां सी। अड़ियां दा मतलब भी जदों जॉब वल देखदे सी ना, असीं मतलब घर दे कम्मां दी गल कर रहे हां तां ऐ हुंदा सीगा वी यार इह कानू हत्थ पाउणा फेर करांगे। वड्डे वड्डे प्रोजैक्ट जिहड़े सीगे अपने, सो उह शुरू कीते होए ने छुट्टियां दे विच। एक तो जो अपना गैराज है मैं तुम दिखा अंदरों, कल मैं तो मनी ने काफ़ी हंबला मारिया, मतलब काफ़ी कोशिश करके वो गंद मंद बहुत क्ढन वाला सीगा, वो सारा क्ढिया। पर अज मनी इधर मैडम जी सामने लगे हुए हैं, अपना जो गार्डन शैड से ना वो काफ़ी चीज़ा सगिया जिड़ियाँ के लोड़ नहीं सी तो पगिया, बाकी खिलारा बहुत सगा। सो अज वो टाइडी अप हो रहा, मतलब छुट्टियां का बहुत तगड़ा प्रोजैक्ट है। सवेरे 8:30 बजे के लगे हुए हैं तो सारा दिन लगना, 10-11 घंटे लगने साढ़े, पर लगे रहना इधर। आ देखो खलारा तुम दिखा मैं तो मनी, मेरे ख्याल इधरली साइड से लगी, उत्थे चलते हैं। तो मनी इधर गार्डन शेड च जाना, किधर आ गार्डन शेड च? हैलो कितने गई तू? यार तू घर दे दुआले हो गई तू ही फिर अंदर चले गए। मैं कहा चल मैं मड़ा ही किधर ਕਿੱਦਾਂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆ ਦੇ ਲਓ ਛੁੱਟੀਆਂ ਮੇਰੀਆਂ ਕਟਾ ਰਹੇ ਇਹ, ਮੈਨੂੰ ਕਹਿੰਦੇ ਸਾਫ਼ ਕਰ ਲਿਆ, ਆ ਗਏ ਗਾਰਡਨ ਸ਼ੈਡ ਵਾੜਤਾ। ਹਾਏ ਹਾਏ ਇੱਥੇ ਬੜੇ ਕੋਕਰੋਚ ਹੁੰਦੇ ਆ। ਹਾਂ ਕੋਕਰੋਚ ਪਤਾ ਕੀ, ਕਦੇ ਹੱਥ ਨਹੀਂ ਮਾਰਿਆ ਨਾ। ਹੋਰ ਕੀ, ਉਹ ਜੀ ਕੁਛ ਕੁਛ ਹੁੰਦਾ ਹੁੰਦਾ ਉਹਨਾਂ ਦੇਖ ਦੇਖ ਕੇ। ਪਰ ਅਸੀਂ ਕਾਫ਼ੀ ਹੰਬੜਾ ਮਾਰਤਾ ਕਿ ਸਾਡੇ, ਅਸੀਂ ਨਾ ਲਿਸਟ ਬਣਾਈ ਸੀ ਵੀ ਅਸੀਂ ਛੁੱਟੀਆਂ 'ਚ ਕੀ ਕਰਨਾ ਚਾਹੁੰਦੇ ਹਾਂ, ਜੋਬਸ ਵੀ, ਫਨ ਵੀ, ਬੱਚਿਆਂ ਪ੍ਰਤੀ ਵੀ, ਫੈਮਿਲੀ ਪ੍ਰਤੀ ਵੀ, ਜੋ ਵੀ ਮਤਲਬ ਕਰਨਾ ਹੈ ਸਾਰਾ। ਅਸੀਂ ਲੌਂਗ ਸਾਡੀ ਲਿਸਟ ਬਣੀ ਹੋਈ ਆ, ਇੱਕ ਸਾਡੀ ਆਪਣੀ ਦੋਨਾਂ ਦੀ ਲਿਸਟ ਬਣਾਈਏ ਇੱਕ ਪੇਜ 'ਤੇ, ਅਸੀਂ ਵੀ ਅਸੀਂ ਦੋਨੇ ਇਕੱਲੇ ਕੀ ਕਰਨਾ ਚਾਹੁੰਦੇ ਹਾਂ, ਕੋਈ ਐਕਟੀਵਿਟੀਜ਼ ਵਗੈਰਾ ਜਿਹੜੀਆਂ, ਮਤਲਬ ਜਿਵੇਂ ਕਹਿ ਦਿੰਦੇ ਹਸਬੈਂਡ ਵਾਈਫ ਦੇ ਫਨ ਟਾਈਮ, ਅਤੇ ਇੱਕ ਫੈਮਿਲੀ ਫਨ ਟਾਈਮ ਬੱਚਿਆਂ ਦਾ ਮੰਮੀ ਡੈਡੀ ਨਾਲ, ਉਹ ਸਾਰਾ ਕਰਨਾ ਆ, ਲਿਸਟ ਬਣੀ ਹੋਈ ਆ। ਸੋ ਟਿਕ ਆਫ ਹੋ ਰਹੀ ਹੈ, ਇੱਕ ਹੋ ਗਈ ਆ ਗੈਰਜ ਦੀ ਕਿ ਗੈਰਜ ਕਲੀਨ ਆ, ਅਸੀਂ ਕਰਤਾ ਕੱਲ੍ਹ, ਹੋ ਗਿਆ 90% ਹੋ ਗਿਆ, 90% ਆ ਵੈਕਿਊਮ ਰਹਿ ਜਾਂਦਾ ਉੱਥੇ। ਅਤੇ ਹੁਣ ਦੂਸਰੀ ਸੀਗੀ ਸਾਡੀ ਵੱਡੀ ਜੋਬ, ਜਿਹੜੀ ਵੱਡੀਆਂ ਜੋਬਸ ਜਾਂਦੀ ਆ, ਇਹ ਸੀਗੀ ਗਾਰਡਨ ਸ਼ੈੱਡ ਦੀ। ਅਤੇ ਗਾਰਡਨ ਸ਼ੈੱਡ 'ਚ ਅੱਜ ਸਵੇਰ ਦੇ ਅਸੀਂ ਲੱਗੇ ਹੋਏ ਹਾਂ, ਸਾਰਾ ਸਮਾਨ ਪਹਿਲਾਂ ਬਾਹਰ ਕੱਢਿਆ, ਫਿਰ ਇਹਨੂੰ ਸਾਰੇ ਨੂੰ ਉੱਤੋਂ ਮੈਂ ਮਤਲਬ ਝਾੜੂ ਦੇ ਨਾਲ ਸਾਫ਼ ਕੀਤਾ। ਸਪਾਈਡਰਾਂ ਸਪੂਡਰਾਂ ਰੌਲਾ ਰੂਲਾ ਪਾਉਂਦੀ ਨੇ, ਅੱਧੇ ਕੁੱਤੇ ਵੀ ਚੜ੍ਹੇ ਆ ਕੋਕਰੋਚ। ਅਤੇ ਉਸ ਤੋਂ ਬਾਅਦ ਹੁਣ ਅਸੀਂ ਦੁਬਾਰਾ ਸਮਾਨ ਉਹੀ ਰੱਖਣਾ ਜਿਹਦੀ ਸਾਨੂੰ ਨੀਡ ਆ, ਜੇ ਸਾਨੂੰ ਲੋੜ ਨਹੀਂ ਹੈਗੀ ਅਸੀਂ ਸਾਰਾ ਕੱਢਤਾ ਹੁਣ, ਅਤੇ ਜਿਹਦੀ ਸਾਨੂੰ ਮਤਲਬ 5 ਸਾਲ ਨੂੰ ਵੀ ਨੀਡ ਆ ਉਹ ਵੀ ਅਸੀਂ ਬਹੁਤ ਹੀ ਥੋੜ੍ਹਾ ਰੱਖਣਾ ਹੈ, ਉਹ ਵੀ ਕੱਢ ਦੇਣਾ। ਜਿਵੇਂ ਕਿ ਫੋਰ ਐਗਜ਼ਾਮਪਲ ਜਿਵੇਂ ਆਪਣਾ ਉਹ ਬੈਗ ਦੇ ਵਿੱਚ ਚਾਰਕੋਲ ਆ, ਜੇ ਕਦੇ ਬਾਰਬਿਕਿਊ ਕਰਦੇ ਆ ਚਾਰਕੋਲ ਵਾਲਾ ਤਾਂ ਉਹਦੇ ਵਾਸਤੇ ਰੱਖਿਆ ਹੋਇਆ ਵਾ, ਕੁਛ ਤਾਰਾਂ ਨੇ, ਸਪਰੇਅ ਵਾਲੀਆਂ ਚੀਜ਼ਾਂ, ਮਤਲਬ ਥੋੜਾ ਆਰਗੇਨਾਈਜ਼ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ। ਐਕਸੈਸ ਹੋਵੇ ਵੀ, ਫਟਾਫਟ ਚੱਕੀ ਜਾਵੇ ਚੀਜ਼ ਲੱਭੇ ਸਾਨੂੰ, ਹਨਾ। ਸੋ ਲਓ ਜੀ, ਆਪਾਂ ਹੁਣ ਗਾਰਡਨ ਸ਼ੈੱਡ ਦੇ ਅੰਦਰ ਪਹੁੰਚ ਚੁੱਕੇ ਆ ਤੇ ਤੁਹਾਨੂੰ ਅੰਦਰ ਦਾ ਟੂਰ ਦਿੰਨੇ ਆ। ਨਾਲੇ ਮੈਂ ਦੱਸਾਂ, ਇਹ ਗਾਰਡਨ ਸ਼ੈੱਡ ਜਿਹੜਾ ਸਿਰਫ ਡੈਡੀ ਤੇ ਇਹਨਾਂ ਦੇ ਹਵਾਲੇ ਸੀ, ਤੇ ਇਹਨਾਂ ਨੇ ਇੰਨਾ ਗਾਹ ਪਾਇਆ ਹੋਇਆ ਸੀ ਇਹ 'ਚ, ਤੁਸੀਂ ਬਲੀਵ ਨਹੀਂ ਕਰੋ। ਮਨੀ ਕੰਮ ਵੀ ਸਾਰੇ ਅਸੀਂ ਕਰਦੇ ਸੀ ਗਾਰਡਨ ਦੇ, ਕੰਮ ਕਰਦੇ ਸੀ ਬਹੁਤ ਵਧੀਆ, ਪਰ ਤੁਸੀਂ ਇੰਨਾ ਗਾਹ ਪਾਇਆ ਸੀ ਇੱਥੇ, ਮੈਂ ਕਦੇ ਆ ਕੇ ਨਹੀਂ ਸੀ ਵੜਦੀ ਅੰਦਰ ਸਟੈਪ ਹੋਵੇ, ਕਿਉਂਕਿ ਇਹ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ, ਸਾਰਾ ਕੁਝ ਹੇਠਾਂ ਹੀ ਰੱਖਿਆ ਹੋਇਆ ਆ। ਹੁਣ ਅਸੀਂ ਕਿ ਇਹਨਾਂ ਨੇ ਇੰਨਾ ਜਿਵੇਂ ਗਾਹ ਪਾਇਆ ਹੋਇਆ ਸੀ ਉਰੇ, ਹੁਣ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਈਜ਼ਲੀ ਤੁਹਾਨੂੰ ਚੀਜ਼ ਲੈ, ਸਾਨੂੰ ਕਿਉਂ ਬਲੇ ਅੱਛਾ ਡੈਡੀ ਨੂੰ ਨਾਲ ਕਰ ਰਹੀ ਤੂੰ, ਦੋਨੇ ਕੱਟ ਲਈ ਹੈਗੇ ਬਹੁਤ ਗਾਹ ਪਾਇਆ। ਤੇ ਹੁਣ ਅਸੀਂ ਕੀ ਕੀਤਾ, ਸਾਰਾ ਸਾਡਾ ਬਾਰਬੀਕਿਊ ਦਾ ਸਮਾਨ, ਲੱਕੜਾਂ ਵਗੈਰਾ, ਜਿਵੇਂ ਬਾਹਰ ਇੱਕ ਫਾਇਰ ਪਲੇਸ ਵੀ ਆਪਣੇ ਕੋਲ, ਇਹ ਸਾਰਾ ਕੁਝ ਇੱਕ ਜਗ੍ਹਾ ਤੇ ਰੱਖਤਾ ਵੀ ਈਜ਼ਲੀ ਮਿਲੇ ਦਰਵਾਜ਼ੇ ਦੇ ਕੋਲ, ਠੀਕ ਹੈ। ਤੇ ਉੱਪਰ ਇਹਨਾਂ ਨੇ ਡੈਕ ਪੇਂਟਿੰਗ ਵਾਲਾ ਸਮਾਨ, ਗੱਲਬਾਤ ਹੈਗੀ ਆ ਇਦਾਂ। ਦੇਖੋ ਹੁਣ ਅਸੀਂ ਗਾਰਡਨ 'ਚ ਹਰ ਟਾਈਮ ਕੰਮ ਕਰਦੇ ਹਾਂ, ਉਸ ਤੋਂ ਬਾਅਦ ਜਦੋਂ ਗੰਦਾ ਹੋਇਆ ਹੁੰਦਾ ਸਾਰਾ ਕੁਝ ਤਾਂ ਆਪਾਂ ਵਾਪਸ ਲਿਆ ਕੇ ਰੱਖ ਲਈਦਾ, ਇਹ ਨਹੀਂ ਸੋਚੀਦਾ ਵੀ ਇਹਨੂੰ ਚੰਗੀ ਤਰ੍ਹਾਂ ਟਿਕਾਈਏ। ਤੇ ਗਾਰਡਨ ਸ਼ੈੱਡ ਯਾਰ, ਗਾਰਡਨ ਸ਼ੈੱਡ 'ਚ ਕਿਹੜਾ ਆਪਣਾ ਕਿਸੇ ਨੇ ਆਉਣਾ ਵਾ, ਆਉਣਾ ਨਹੀਂ, ਪਰ ਮੈਂ ਇਹ ਕੱਲ੍ਹ ਚੀਜ਼ ਵੀ ਤੁਸੀਂ ਲੱਭਣੀ ਆ, ਤੁਹਾਨੂੰ ਲੱਭੇ ਈਜ਼ਲੀ ਇੱਕ ਦੋ ਚੀਜ਼ਾਂ ਨੇ। ਜਿਵੇਂ ਆਪਣੇ ਕੋਈ ਪੁਰਾਣੇ ਘਰ 'ਚ ਨਾ ਟ੍ਰੈਂਪਲਿਨ ਸੀਗਾ, ਜਦੋਂ ਇੱਧਰ ਸ਼ਿਫਟ ਹੋਏ ਸੀ ਕਦੇ ਯੂਜ਼ ਨਹੀਂ ਕੀਤਾ, ਕਿਉਂਕਿ ਜਗ੍ਹਾ ਫਲੈਟ ਚਾਹੀਦੀ ਆ, ਉਹਦੇ ਵਾਸਤੇ ਡੈੱਕ 'ਤੇ ਉਹ ਲਾ ਨਹੀਂ ਸਕਦੇ। ਉਹ ਮੈਂ ਸੈੱਲ ਕੀਤਾ, ਉਹਦਾ ਕਾਫੀ ਸਮਾਨ ਮਤਲਬ ਨਿਕਲ ਗਿਆ, ਇੱਦਾਂ ਦੀਆਂ ਚੀਜ਼ਾਂ ਰੌਲਾ ਪਾ ਪਾ ਕੇ 6 ਸਾਲ ਬਾਅਦ ਹੁਣ ਇਹਨਾਂ ਨੇ ਉਹ ਕੱਢਿਆ। ਅੱਛਾ ਮੇਰੀ ਗੱਲ ਸੁਣ, ਹੁਣ ਇੱਦਾਂ ਹੁਣ ਕੀ ਜਾਂਦੀ ਆ, ਮੈਂ ਲਾ ਕੇ ਲਾ ਕੇ ਦਿੱਤੇ ਹੈ ਨਹੀਂ ਕਿ ਫੇਰ ਵੇਖਦਾ
ਮੰਮੀ ਆ ਗਏ ਇਨਸਪੈਕਸ਼ਨ ਕਰਨ ਮੰਮੀ ਵੀ ਆ ਗਏ ਇਨਸਪੈਕਸ਼ਨ ਕਰਨ ਐ ਲੱਗਦਾ ਜਿਵੇਂ ਕਬਾੜੀਆਂ ਦਾ ਘਰ ਹੁੰਦਾ ਕਬਾੜੀਆਂ ਮੰਮੀ ਸਤਿ ਸ਼੍ਰੀ ਅਕਾਲ ਕਬਾੜੀਆਂ ਦਾ ਘਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਇਹਨਾਂ ਦੇ ਹਾਲ ਕੱਢ ਕੱਢ ਕੇ ਵਿੱਚੋਂ ਕੁਛ ਨਹੀਂ ਹੋਇਆ बीज लैदे हुण फिर अगले साल जे ना बाय चांस ना कद्दू तैयार होया दिखायो कद्दू की पता नहीं हुंदा ਇਹ ਸਾਡਾ ਹੈਗਾ ਜੀ ਪੁਸ਼ਤੈਨੀ ਕੱਦੂ ਕਿੰਨੇ ਸਾਲਾਂ ਦਾ ਪਿਆ ਹੈ ਉਰੇ ਪੁਸ਼ਤੈਨ ਨਹੀਂ ਨਹੀਂ ਮਾਪਰੇ ਯਾਰ ਕੀ ਦਾ ਐਲਕੀ ਦਾ ਦੇਖੋ ਇਹਦੇ ਅੰਦਰ ਬੀ ਵੀ ਇਹ ਸਵਾਰੀਆਂ ਇਹ ਸਵਾਰੀਆਂ ਨੂੰ ਤਿਆਰ ਹੋਏ ਆ ਨਹੀਂ ਨਹੀਂ ਇਹ ਸੁੱਟਣਾ ਨਹੀਂ ਇਹ ਪਿਓ ਪੁੱਤ ਦੋਵੇਂ ਕੱਦੂਆਂ ਦੇ ਪਿੱਛੇ ਕਿਉਂ ਪੈ ਰਹੇ ਨੇ ਤੈਨੂੰ ਸਮਝ ਲੱਗਦੀ ਇਹ ਕੱਦੂ ਨੇ ਬਹੁਤ ਪੰਗਾ ਪਾਇਆ ਪਤਾ ਕੀ ਕੱਦੂ ਪਸੰਦ ਆ ਪਰ ਮੈਂ ਸੋਚਿਆ ਦੇ ਬੀਜ ਬੁਜ ਐਕਚੁਅਲੀ ਕੱਦੂ ਦਾ ਪਤਾ ਕੀ ਪੰਗਾ ਕੱਦੂ ਕੱਦੂ ਇਸ ਆ ਵੈਰੀ ਨਾਈਸ ਡਿਸ਼ ਮਤਲਬ ਬਹੁਤ ਵਧੀਆ ਬਣਦਾ ਕੱਦੂ ਦਾ ਕੱਦੂ ਦਾ ਇੱਕ ਬਹੁਤ ਵੱਡਾ ਪੰਗਾ ਜੇ ਸਾਡੇ ਘਰ ਚ ਕੱਦੂ ਹੋ ਗਿਆ ਨਾ ਤਾਂ ਕੱਦੂ ਹਰੇਕ ਚੀਜ਼ ਚ ਜਾਂਦਾ ਦਾਲ ਚ ਕੱਦੂ ਸਬਜ਼ੀ ਚ ਕੱਦੂ ਰੋਟੀਆਂ ਚ ਕੱਦੂ ਦਹੀਂ ਚ ਕੱਦੂ ਕੱਦੂ ਹੀ ਕੱਦੂ ਕੀਤਾ ਪਿਆ ਹੁੰਦਾ ਇਹਦਾ ਇੰਨਾ ਕੋ ਬਣ ਜਾਂਦਾ ਹਾਂ ਸਹੀ ਗੱਲ ਆ ਕੁਝ ਜ਼ਿਆਦਾ ਹੀ ਕੱਦੂ ਹੋ ਜਾਂਦੀ ਹੈ ਉਹ ਨਾ ਇਹ ਪਿਓ ਪੁੱਤ ਤਾਂ ਦੱਸਦੀ ਆ ਇੰਨਾ ਪਿੱਛੇ ਪੈਂਦੇ ਆ ਨਾ ਕੱਦੂਆਂ ਦੇ ਇਹਨਾਂ ਨੂੰ ਹੁੰਦਾ ਵੀ ਕੱਦੂ ਕਿਤੇ ਦਿਖੇ ਹੀ ਨਾ ਤੇ ਮੈਂ ਇਹਨਾਂ ਨੂੰ ਕਿਹਾ ਇਹ ਮਤਲਬ ਬਾਪੂ ਦੇ ਡੈਡੀ ਨੂੰ ਮੈਂ ਕਿਹਾ ਬੀਜ ਦੋ ਥੱਲੇ ਵੇਲਾ ਅਗਾ ਮੈਂ ਲਈਆਂ ਗੌਣੀਆਂ ਵੀ ਨਹੀਂ ਸੀ ਵੀ ਪੁੱਠਾ ਸਿੱਧਾ ਲਾ ਦੇਣਾ ਸੀ ਵੀ ਉੱਗੇ ਨਾ ਜਿੱਥੇ ਸੀਮੈਂਟ ਨੀ ਆਪਾਂ ਸੁੱਟਿਆ ਹੁੰਦਾ ਸੀਮੈਂਟ ਵਾਲੀ ਜਗ੍ਹਾ ਦੇ ਵਿੱਚ ਲਾ ਕੇ ਆਏ ਆ ਜਾਓ ਤੁਹਾਨੂੰ ਐਕਚੁਅਲੀ ਇਹ ਗੱਲ ਨਾਲ ਮੈਂ ਐਗਰੀ ਕਰਦਾ ਵੀ ਡੈਡੀ ਥੋੜੀ ਸ਼ੈਤਾਨੀ ਮਾਰ ਗਏ ਇਹ ਕਹਿੰਦੇ ਵੀ ਪਿੱਛੇ ਇਹਨੇ ਮੇਰੇ ਪਿੱਛੇ ਨਹੀਂ ਪੈਣਾ ਹਟਣਾ ਤੇ ਮੈਂ ਮਤਲਬ ਇਹ ਵੀ ਕਹਿਦਾ ਮੈਂ ਤੇਰਾ ਕਹਿਣਾ ਮੰਨਿਆ ਤੂੰ ਦੇਖਿਆ ਮੈਂ ਮਾਰੇ ਜਾਂ ਸਾਫ ਕਰਦਾ ਇੱਥੋਂ ਧਿਆਨ ਨਾਲ ਮਨੀ ਆ ਜਾ ਉਹ ਸੱਚ ਇੱਕ ਗੱਲ ਹੋਰ ਉਧਰ ਜਾਣ ਤੋਂ ਪਹਿਲਾਂ ਆ ਜਿਹੜੀ ਥੱਲੇ ਜ਼ਮੀਨ ਦੇਖ ਰਹੇ ਹੋ ਨਾ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਇਹ ਕਹੀ ਨਾ ਪੱਟਣੀ ਸ਼ੁਰੂ ਕੀਤੀ ਆ ਆਪਾਂ ਕਿਉਂਕਿ ਇੱਥੇ ਨਾ ਘਾਹ ਸੀ ਇੰਨਾ ਵਧੀਆ ਨਹੀਂ ਸੀਗਾ ਦੇਖੋ ਜਿਵੇਂ ਵਿੱਚ ਵਿੱਚ ਨਾ ਵੀਡ ਬਹੁਤ ਸੀਗੀ ਉੱਗੀ ਹੋਈ ਤਾਂ ਇਹ ਵਧੀਆ ਤਰੀਕੇ ਨਾਲ ਇੱਥੇ ਘਾਹ ਲਾਉਣਾ ਸੋ ਇਹ ਵੀ ਪ੍ਰੋਜੈਕਟ ਆ ਇੱਕ ਇੰਨਾ ਕੁ ਪੱਟਤਾ ਆਪਾਂ ਐਤਕੀ ਕੋਵਿਡ ਕਰਕੇ ਜਾਂ ਜੋ ਵੀ ਕ੍ਰਿਸਮਸ ਥੋੜਾ ਟਾਈਮ ਚੱਲ ਰਿਹਾ ਸੀਗਾ ਤਾਂ ਉਹਨਾਂ ਨੇ ਨਹੀਂ ਕੀਤਾ ਪਰ ਉਹ ਕਰ ਦੇਣਗੇ ਛੇਤੀ ਸੋ ਕਿਹਾ ਹੋਇਆ ਉਹਨਾਂ ਨੂੰ ਹਾਂਜੀ ਮੰਮੀ ਤੁਸੀਂ ਕਿਹੜਾ ਕੱਦੂਆਂ ਦਾ ਸਪੋਰਟ ਕਰ ਰਹੇ ਹੋ ਖਾਣਾ ਮੈਂ ਕਿਹਾ ਮੈਂ ਪ੍ਰੂਫ ਦਵਾਂ ਵੀ ਵਾਕਈ ਕੱਦੂਆਂ ਦੇ ਪਿੱਛੇ ਨੇ ਵੀ ਮੈਨੂੰ ਸਵਾਦ ਬਹੁਤ ਲੱਗਦਾ ਕੱਦੂ ਆ ਦੇਖੋ ਇੱਥੇ ਸੀਮੈਂਟ ਸੁੱਟਿਆ ਸੀਗਾ ਅੱਛਾ ਆ ਕੱਦੂ ਲੱਗੇ ਹੋਏ ਨੇ ਉਹ ਪਰੇ ਨਹੀਂ ਬੀਜਿਆ ਮੈਂ ਬਹੁਤ ਜ਼ੋਰ ਲਾਇਆ ਮੈਂ ਪਰੇ ਇਹ ਨਾਲ ਨਾਲ ਉਹ ਜਗ੍ਹਾ ਦੇ ਉੱਤੇ ਲਾਤਾ ਵੀ ਹੋਰ ਨਾਲ ਪਰ ਮੰਮੀ ਡੈਡੀ ਬਹੁਤ ਸੋਹਣਾ ਪਾਣੀ ਪੂਣੀ ਦਿੰਦੇ ਆ ਤੁਸੀਂ ਇਦਾਂ ਨਾ ਪਾਣੀ ਮੈਂ ਦਿੱਤਾ ਰਾਤ ਅੱਛਾ ਮਾਰ ਜਾਂਦੇ ਵਿੱਚ ਸਕਿਪ ਕਰ ਜਾਂਦੇ ਆ ਪਾਣੀ ਦੇਣਾ ਇੱਥੇ ਮਨੀ ਇਹ ਤਾਂ ਬਿਊਟੀਫੁਲ ਆ ਤਾਂ ਵੈਲਵਟ ਨਹੀਂ ਹੁੰਦਾ ਇੱਕ ਵੈਲਵਟ ਉਹਦੇ ਵਾਂਗੂ ਇਹ ਸਮੂਥ ਆ ਇਹ ਤਾਂ ਚੀਜ਼ ਬਹੁਤ ਵਧੀਆ ਆਪਣਾ ਕਨਸੈਪਟ ਸੀਗਾ ਕਿ ਆਪਾਂ ਇਹਨੂੰ ਨਾ ਲਾਈਕ ਚਾਈਨੀਜ਼ ਗਾਰਡਨ ਬਣਾਵਾਂਗੇ ਛੋਟਾ ਜਿਹਾ ਸੀ ਪੈਚ ਤਾਂ ਰੱਖਿਆ ਪਰ ਇਹਦਾ ਦੇਖ ਜੰਗਲ ਬਣਾਤਾ ਆ ਨਹੀਂ ਨਹੀਂ ਇਟਸ ਬਿਊਟੀਫੁਲ ਤੂੰ ਹਰ ਚੀਜ਼ ਚ ਨੁਕਸ ਕਿਉਂ ਕੱਢ ਦਿੰਦੀ ਆ ਮਨੀ ਕਿਉਂਕਿ ਆ ਇਹਦੇ ਹੇਠਾਂ ਨਹੀਂ ਸਹੀ ਹੈਗਾ ਸੈੱਟ ਕਰਨੇ ਵਾਲਾ ਵੇਰ ਤੇ ਚੜਨ ਵਾਲਾ ਕਿਹਾ ਹੋਊਗਾ ਕਿ ਆਪੇ ਹੋ ਜੂ ਸੈੱਟ ਪਹਿਲਾਂ ਲੱਗੋ ਕਰੋ ਫੇਰ ਹੋ ਸਹੀ ਗੱਲ ਹੁਣ ਅਸੀਂ ਤਾਂ ਹੀ ਮਨ ਬਣਾ ਲਿਆ ਵੀ ਹੁਣ ਇਹ ਤਾਂ ਮੰਮੀ ਅੱਧੇ ਘੰਟੇ ਬਾਅਦ ਆ ਜਾਂਦੇ ਆ ਨਾਲੇ ਪੁੱਛ ਲੈਂਦੇ ਕਹਿੰਦੇ ਪਾਣੀ ਪੂਣੀ ਤਾਂ ਨਹੀਂ ਪੀਣਾ ਤੇ ਨਾਲੇ ਫਿਰ ਸਾਡੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਹੁੰਦੀਆਂ ਉਹ ਚਾ ਕੇ ਮੰਮੀ ਇਨਸਪੈਕਸ਼ਨ ਕਰ ਜਾਂਦੇ ਆ ਅੱਧੀਆਂ ਲਕੋ ਲੈਂਦੇ ਆ ਨਹੀਂ ਸਿੱਟਣਾ ਉਹ ਨਹੀਂ ਸਿੱਟਣਾ ਨਹੀਂ ਪੋਂਦੀ ਨਹੀਂ ਮੈਂ ਜਿਹੜਾ ਲੱਗਦਾ ਹੁੰਦਾ ਬਾਕੀ ਰਵਿਸ਼ ਕੱਢੀ ਜਾ ਰਹੇ ਆ ਹੌਲੀ ਹੌਲੀ ਕਰਕੇ ਜਿੰਨੀ ਨਿਕਲਦੀ ਆ ਨਾ ਵੀ ਚਲੋ ਵਧੀਆ ਇੱਕ ਸਫਾਈ ਜੀ ਹੋ ਜੂਗੀ ਆਹਾ ਜਿਹੜਾ ਆ ਟੁੱਟਿਆ ਪਿਆ ਦੇਖੋ ਇਹਨਾਂ ਨੇ ਨਵਾਂ ਵੀ ਲੈ ਆਉਂਦਾ ਇਹ ਜੀ ਗੱਲ ਨਹੀਂ ਪਰ ਇਹਨਾਂ ਨੇ ਪਤਾ ਕੀ ਤਾਂ ਮੰਮੀ ਨੇ ਫਿਰ ਵੀ ਰੱਖ ਲਿਆ ਕਹਿੰਦੇ ਇੱਥੇ ਜਰਾਬਾਂ ਸੁੱਕਣੀਆਂ ਪਾਈ ਦੀਆਂ ਬਾਹਰ ਹਾਂ ਇਹਨਾਂ ਨੇ ਕੱਲ ਕੱਢ ਕੇ ਬਾਹਰ ਰੱਖ ਦਿੱਤੀ ਐ ਸਿੱਟਣ ਲਈ ਨਵਾਂ ਹੀ ਲੌਜੀਕ ਇਹ ਪਰ ਅੱਗੇ ਵੀ ਮੰਤਰੀਆਂ ਸੁੱਟੀ ਵਿੱਚ ਇਹਦੇ ਗਏ ਤੋਂ ਬਾਅਦ ਮੈਂ ਫੇਰ ਤੇ ਹੁਣ ਕੱਲ ਦੀ ਮੈਂ ਰਵਿਸ਼ ਬੈਂਚ ਪਾਈ ਹੋਈ ਆ ਵੀ ਇਹ ਸਿੱਟੇ ਆਉਣੀਆਂ ਤਾਂ ਹੁਣ ਮਨੀ ਫੇਰ ਚੱਕ ਕੇ ਲਿਆਈ ਇਹਦੇ ਵਿੱਚ ਕੀ ਰੱਖਣਾ ਹੁਣ ਖੁਰਪੀਆਂ ਖਰਪੀਆਂ ਇੱਕ ਜਗ੍ਹਾ ਇਕੱਠੀਆਂ ਹੋ ਜਾਣਗੀਆਂ ਇਹਦੇ ਵਿੱਚ ਇੱਕ ਖੁਰਪਾ ਆਪਣੇ ਘਰੇ ਇਹ ਸਾਡੇ ਹੋਰ ਗਵਾਂਢੀ ਆ ਇਹਨਾਂ ਨੇ ਪਲਮਸ ਦਾ ਬੂਟਾ ਲਾਇਆ ਸਾਡੇ ਪਾਸੇ ਤਾਂ ਕਿ ਅਸੀਂ ਪਲਮ ਰੱਜ ਕੇ ਖਾ ਸਕੀਏ ਸੋ ਆਪਾਂ ਵਾਧੂ ਤੋੜ ਤੋੜ ਖਾਈ ਦਿਆ ਦੇਖੋ ਮਨੀ ਚੋਰੀ ਕਰ ਰਹੀ ਆ ਹੁਣ ਚੋਰੀ ਨਹੀਂ ਮਨੀ ਰੈਡੀ ਨਹੀਂ ਗਾ ਆ ਰੈਡੀ ਆ ਰੈਡ ਵਾਲਾ ਪਹੁੰਚਦਾ ਹੁੰਦਾ ਇਹਦੇ ਤੋਂ ਨਹੀਂ ਪਹੁੰਚ ਪਿੱਛੇ ਸਾਈਕਲ ਤੇ ਨਾ ਗਿਰਦੀ ਅਰਮਾਨ ਨੂੰ ਚਾੜਦੇ ਆ ਜਵਾਕਾਂ ਤੋਂ ਚੋਰੀ ਕਰਾਓ
ਚੋਰੀ ਥੋੜੀ ਨਾ ਜਿਹੜੇ ਆਪਣੀ ਫੈਂਸ ਆਪਣੇ ਵੱਲ ਬੁੱਟਾ ਆ ਜਾਂਦਾ ਆਪਣਾ ਹੁੰਦਾ ਮਣੀ ਮੇਰਾ ਦਿਮਾਗ ਵਰਤੇ ਇੱਕ ਸੋਟੀ ਫੜ ਉਹ ਮਾਰ ਉੱਤੇ चलो ठीक है जी आप थोड़ा काम कैरियर रख दें धुप से तो मनी ने सान ली मैं चल मैं भी लै लैना जे बचा अपनी स्किन अभी बचा लें मनी मम्मी तो चले गए कर दिए कद्दू का कम चाह रख ली मम्मी बस रखने लगी मसाला कुछ नहीं लगी है चाह दा बढ़िया बढ़िया हां देखो मणि कदों दी पई है कोई यूज च नहीं आपा ले आ रखो ते किते रखी दी है एदे विच मणि रख ला हथियार अपने छोटे छोटे बाकी गैराज काफी हद तक टाइडी हो गया अपना ते क्योंकि इत्ते थोड़ा खलारा सीगा इधरों जिमें टैची वगैरह एक अद्धा टैची ब्रोकन आप कड़ देना बस एक अद्धा काम रह गया पर इतने हम सिर्फ लोड़ दी चीज़ा ने बाकी सारिया चकती आप है ना तो बच्चे मेरे ख्याल इधर मूवी देख रहे हैं सवेर दे खेडते सी कैरम बोर्ड तो लगे कैरम बोर्ड चकता इन्होंने हाँ चकता हैलो मिमी हैलो मान की खाना मेरा पुत की खाता व्हाट आर यू ईटिंग अच्छा वेजिटेबल हाँ जी पुत चाह दे मसाले दे मम्मी दे ਚਾਹ ਦੇ ਮਸਾਲੇ ਐ ਇੱਥੇ ਜਗ੍ਹਾ ਪਏ ਹੁੰਦੇ ਆ ਨਾ ਫਟਾਫਟ ਕੱਢ ਕੇ ਫਿਰ ਪਾ ਲੈਂਦੇ ਆ ਵਧੀਆ ਵਧੀਆ ਸਵਾਦ ਜਿਹਾ ਬਣਾਓ ਤੇ ਰੰਗ ਬਰੰਗੇ ਡੱਬੇ ਆ ਸਾਡੇ ਚੀਨੀ ਪੱਤੀ ਵਾਲੇ ਵੱਡੇ ਜੋ ਕੱਢ ਕੇ ਇਹ ਚ ਪਾ ਲੈਦਾ ਸਮਾਨ ਸੌਖਾ ਰਹਿੰਦਾ ਡੈਡੀ ਕਿਵੇਂ ਹੋ ਕਿਦਾਂ ਉੱਠ ਖੜੇ ਹਾਂ ਉੱਠ ਖੜੇ ਹੋਰ ਬਸ ਵਧੀਆ ਠੀਕ ਹੈ ਸਫਾਈਆਂ ਚੱਲ ਰਹੀਆਂ ਗਾਰਡਨ ਸ਼ੈਡ ਦੇ ਵਾਲੇ ਹੋਏ ਹੋਏ ਅੱਜ ਅੱਛਾ ਗਾਰਡਨ ਜਿਹੜਾ ਸਾਫ ਕਰਤਾ ਹਾਂ ਹਾਂ ਲੱਗਿਆ ਹੋਇਆ ਬਸ ਡੈਡੀ ਅੱਛਾ ਗੰਦ ਬੰਦ ਕੱਢ ਰਹੇ ਆ ਮਨੀ ਕਹਿੰਦੀ ਆਪਾਂ ਗੰਦ ਬਹੁਤ ਪਾਇਆ चलो देखिए मनी हाका मारन लग गई झाड़िया झूड़िया बढ़निया पै गिया बेच जान लाई ता खरीदया चलो उठो फिर मनी रोटी का भी टाइम हो जाना आप करिए फिनिश कर दी अद्धे लगा में सब्जी अपने पई आ बाकी इधरों बिलकुल टाइडी हो गया बहुत वधिया हो गया मनी गुड जॉब हो गई बड़ा काम हो गया अज देखियो जब आप नहीं कर दे कोई काम है ना अलग हाय एडी मैस में किमे करूंगी ए बस रियली लाइक बैड बिल्कुल पर सारा देखो कितना बढ़िया टाइडी हो गया उल्टा अब साइकिल भी आ गई खाली हो गया है क्या देख खाली पे आए इधर आओ नाले साइकिल नहीं को साइकिल खड़ाना है थे दो साइकिल लाके पर हाई फाई गुड जॉब एक चीज और हुन अंदर लिस्ट लेके आई है ते टेक करियो फिर के बड़ी बढ़िया सही गल है इंस्पेक्टर साहब आगे देखन डैडी करके मैं लगी
फन हो रहा है ते एक टारगेट सी अचीव हो रहे ने अपने घर के काम भी बहुत जरूरी होंगे है भी ते थानू जिम्मे कि असी दसिया ही है कि अपना होलीडेज बहुत प्लान ने अपना फन वीडियोस भी बहुत लैके आनिया ने सो वो देखने तुसी साडे नाल जुड़े रहो द अर्बन गाय यूट्यूब चैनल सबसक्राइब करो लाइक करो ते नाल ही अपना इंस्टाग्राम ते पेज है द अर्बन गाय अंडरस्कोर यूट्यूब सो उन्हों भी फॉलो करो क्योंकि उत्ते आप रेगुलर अपडेट्स पे पाते रहने कि असी जिथे भी ट्रैवल करते हैं कितने होवोंगे सो उहदे नाल तुसी साडे नाल जुड़े रहोगे अगर कोई सबसक्राइबर व्यूअर आपां मिलना चाहता है तो अपने दोनों लिए ओपरचुनिटी आ हो कि आप एक दूसरे को मिल सकते हैं सो साडे नाल जुड़े रहो तुहानू मिलदे आ फिर नवी वीडियो लैके उदों तक लई सति श्री अकाल ਅਸੀ ਕਾਲ ਉਹ ਪਿੱਛੇ ਇੱਕ ਬੰਦਾ ਹੋਰ ਆ ਗਿਆ ਮੰਗੀ ਬਾਏ ਬਾਏ ਪਲਾਨ ਸੰਗੀਤ।